ਗੁਰਨੀਤ ਦੀ ਅੰਤਮ ਅਰਦਾਸ ਮੌਕੇ ਜੁੜੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸਾਧ ਸੰਗਤ, ਇਹ ਜਿਹੜਾ ਮੋਰਚਾ ਕਿਸਾਨੀ ਦਾ ਚੱਲਿਆ, ਚੱਲ ਕੇ ਦਿੱਲੀ ਤੱਕ ਆਇਆ ਅਤੇ ਅੱਗੇ ਇਹ ਜਾਰੀ ਆ। ਅਸੀਂ ਸਾਰੇ ਜਿੰਨੇ ਵੀ ਕਿਸਾਨ ਵੀਰ ਹੋਰ ਸਾਡੇ ਸਾਥੀ ਇੱਥੇ ਆਏ ਆ, ਅਸੀਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਇਹਨੂੰ ਅੰਤਮ ਜਿੱਤ ਤੱਕ ਲੜਾਂਗੇ। ਜੋ ਲੋਕਾਂ ਨਾਲ ਵਾਅਦਾ ਕਰਕੇ ਤੁਰੇ ਸੀ ਪੰਜਾਬ 'ਚੋਂ, ਉੱਥੇ ਤੱਕ ਲੈ ਕੇ ਜਾਵਾਂਗੇ। ਰਵਨੀਤ ਦੀ ਮੌਤ ਹੋਈ ਆ, ਹੋਰ ਮੌਤਾਂ ਹੋਈਆਂ, ਉਹਨਾਂ ਦੇ ਵਿੱਚੋਂ ਸਰਮੌਰ ਸ਼ਹੀਦ ਆ ਜਿਹੜਾ ਗੋਲੀ ਨਾਲ ਮਰਿਆ, ਉਹ ਰਵਨੀਤ ਹੀ ਆ। ਹੋਰ ਵੀ ਮੌਤਾਂ ਹੋਈਆਂ, ਇਹ ਤਿੰਨ ਤਰ੍ਹਾਂ ਮੌਤਾਂ ਹੋਈਆਂ ਜੀ, ਠੰਡ ਨਾਲ ਹੋਈਆਂ, ਐਕਸੀਡੈਂਟ ਨਾਲ ਹੋਈਆਂ ਅਤੇ ਹਾਰਟ ਅਟੈਕ ਨਾਲ ਹੋਈਆਂ। ਇਹ ਸਾਰੀਆਂ ਮੌਤਾਂ ਲਈ ਇਹ ਜਿਹੜਾ ਮੌਜੂਦਾ ਪ੍ਰਬੰਧ ਆ, ਮੌਜੂਦਾ ਸਰਕਾਰ ਆ, ਸਭ ਤੋਂ ਵੱਡੀ ਇਹ ਦੋਸ਼ੀ ਆ, ਕਿਉਂਕਿ ਇਹਨਾਂ ਹਾਲਤ ਇਹੋ ਜਿਹੀ ਪੈਦਾ ਕੀਤੀ ਆ। ਕਿਉਂਕਿ ਉਹਨਾਂ ਦੇ ਮੰਤਰੀ ਬਹੁਤੀ ਵਾਰੀ ਇਹ ਕਹਿੰਦੇ ਆ ਕਿ ਜੇ ਘਰੇ ਵੀ ਹੁੰਦੇ ਤਾਂ ਵੀ ਮਰ ਜਾਣੇ ਸੀ, ਪਰ ਜੇ ਇਹੋ ਜਿਹੀ ਠੰਡ ਦੇ ਵਿੱਚ ਨਮੂਨੀਆ ਹੋ ਕੇ ਮਰ ਜਾਣਾ, ਜਾਂ ਇਹੋ ਜਿਹੀਆਂ ਸੜਕ ਦੇ ਉੱਤੇ ਜਿਹੜੇ ਦਿਨ ਗੁਜ਼ਾਰੇ ਆ, ਜਾਂ ਇਹੋ ਜਿਹੀਆਂ ਅਣਮਨੁੱਖੀ ਹਾਲਤਾਂ ਦੇ ਵਿੱਚ ਰਹਿ ਰਹੇ ਆ, ਇਹ ਬਹੁਤ ਹੀ ਦੁਖਦਾਈ ਆ। ਅਸੀਂ ਰਵਨੀਤ ਜੀ ਦੇ ਭੋਗ ਦੇ ਉੱਤੇ ਆਪਣੇ ਵੱਲੋਂ ਬਣਦਾ ਉਹਨਾਂ ਨੂੰ ਸਤਿਕਾਰ ਦੇਣ ਲਈ ਅਸੀਂ ਇੱਕ ਸ਼ੋਕ ਮਤਾ ਸਾਡੇ ਆਗੂ ਸਾਹਿਬਾਨ ਰਣਜੀਤ ਸਿੰਘ ਜੀ ਅਤੇ ਦਸਤਾਰ ਲੈ ਕੇ ਉੱਥੇ ਵੀ ਪਹੁੰਚੇ ਸੀ। ਪਰ ਅਸੀਂ ਕਹਿੰਦੇ ਹਾਂ ਇਹ ਸਾਰਾ ਕੁਛ ਅਜੇ ਵੀ ਉਹਨਾਂ ਲਈ ਥੋੜ੍ਹਾ ਆ। ਜਿਸ ਲੜਾਈ ਨੂੰ ਉਹ ਲੜਦੇ, ਉਹ ਆਪਣੀ ਜਾਨ ਦੇ ਗਏ, ਉਸ ਲੜਾਈ ਨੂੰ ਸਿਰੇ ਤੱਕ ਲਾਉਣਾ, ਉਹਨੂੰ ਅੱਗੇ ਤੱਕ ਲੈ ਜਾਣਾ ਜਿੱਤ ਤੱਕ, ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।